ਪੰਜਾਬ 'ਚ ਲਗਾਤਾਰ ਪੰਜਾਬ ਸਰਕਾਰ ਅਤੇ ਅਧਿਆਪਕਾਂ 'ਚ ਟਕਰਾਵ ਲਗਾਤਾਰ ਵੱਧਦਾ ਜਾ ਰਿਹਾ। ਸੰਗਰੂਰ 'ਚ ਸਰਕਾਰ ਵੱਲੋਂ ਸਕੂਲਾਂ 'ਚ ਸ਼ੁਰੂ ਕੀਤੇ ਗਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਬਾਈਕਾਟ ਕਰ ਰਹੇ ਜ਼ਿਲ੍ਹਾ ਸੰਗਰੂਰ ਦੇ ਹਜ਼ਾਰਾਂ ਅਧਿਆਪਕਾਂ 'ਚ ਸਿਰਫ 37 ਅਧਿਆਪਕਾਂ ਨੂੰ ਜ਼ਿਲ੍ਹਾ ਸੰਗਰੂਰ ਦੇ ਸਿੱਖਿਆ ਅਧਿਕਾਰੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਵਿਰੋਧ ਕਰਨ ਪਹੁੰਚੇ ਸੈਂਕੜਾ ਅਧਿਆਪਕਾਂ ਨੇ ਮੰਗਾਂ ਨੂੰ ਜਦੋਂ ਸੰਗਰੂਰ ਦੇ ਸਿੱਖਿਆ ਅਧਿਕਾਰੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਰੋਸ ਵਿੱਚ ਆਏ ਅਧਿਆਪਕਾਂ ਨੇ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ 5 ਘੰਟੇ ਦੇ ਕਰੀਬ ਦੇਰ ਰਾਤ ਤੱਕ ਉਸਦੇ ਦਫ਼ਤਰ 'ਚ ਹੀ ਘਿਰਾਵ ਕਰਕੇ ਬੰਦ ਰੱਖਿਆ। ਕਾਰਵਾਈ ਦੇ ਚੱਲਦਿਆਂ ਸਾਡੇ ਇਸ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਡੇ 37 ਅਧਿਆਪਕਾਂ ਨੂੰ ਨੋਟਿਸ ਕੱਢੇ ਨੇ, ਜਿਹਦੇ ਕਿ ਅਸੀਂ ਨਿਖੇਧੀ ਵੀ ਕਰਦੇ ਹਾਂ ਅਤੇ ਇਸ ਦੀ ਮੰਗ ਕਰਦੇ ਹਾਂ ਕਿ ਸਾਡੇ 37 ਅਧਿਆਪਕਾਂ ਤੋਂ ਜਿਹੜੇ ਨੋਟਿਸ ਨੇ ਉਹਨਾਂ ਦੇ ਤੁਰੰਤ ਵਾਪਸ ਲਏ ਜਾਣ। ਅਤੇ ਅਸੀਂ ਉਹਨਾਂ ਨੇ ਨੋਟਿਸ ਇਸ ਕਰਕੇ ਕੱਢੇ ਨੇ ਕਿ ਇਹਨਾਂ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕੀਤਾ ਹੈ, ਜਦੋਂ ਕਿ ਸਾਡੇ 1500 ਅਧਿਆਪਕ ਜ਼ਿਲ੍ਹੇ ਦੇ ਇਸ ਅਧਿਕਾਰੀ ਨੂੰ ਲਿਖ ਕੇ ਦੇ ਚੁੱਕੇ ਨੇ ਕਿ ਅਸੀਂ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕਰਦੇ ਹਾਂ। ਅਸੀਂ ਅੱਜ ਪੱਕੇ ਕਰਦੇ ਹਾਂ, ਕੱਲ੍ਹ ਪੱਕੇ ਕਰਦੇ ਹਾਂ, ਕਦੇ ਬਾਦਲ ਸਰਕਾਰ ਆ ਗਏ, ਕਦੇ ਕੈਪਟਨ ਆ ਗਏ, ਪਰ ਅਸੀਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਧੱਕੇ ਖਾਂਦੇ ਹਾਂ। ਸਾਡੀ ਮੇਨ ਮੰਗ ਹੈ ਅੱਜ ਦੀ ਕਿ ਜਿਹੜੇ 37 ਮਤਲਬ ਇਹਨਾਂ ਦੇ ਨੋਟਿਸ ਕੱਢੇ ਗਏ ਨੇ ਟੀਚਰਸ ਦੇ, ਉਹ ਕੈਂਸਲ ਕੀਤੇ ਜਾਣ, ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣ, ਮਾਰੂ ਨੀਤੀਆਂ ਜਿਹੜੇ ਹੋਰ ਟੀਚਰ 'ਤੇ ਲਾਗੂ ਹੋ ਰਹੀਆਂ ਨੇ ਉਹਨਾਂ ਨੂੰ ਖਤਮ ਕੀਤਾ ਗਿਆ। ਜਿਹੜਾ 37 ਨੋਟਿਸ ਸਾਡੇ ਟੀਚਰਾਂ ਨੂੰ ਕੱਢੇ ਗਏ ਅਤੇ ਜਿਹਨਾਂ ਦਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਬਾਈਕਾਟ ਚੱਲ ਰਿਹਾ, ਉਹਨਾਂ ਦਾ ਨੋਟਿਸ ਜਿਹੜੇ ਵਾਪਸ ਨਹੀਂ ਕੀਤਾ, ਉਹ ਕਹਿੰਦੇ ਵੀ ਜਿਹੜਾ 1100 ਟੀਚਰ ਤੁਹਾਡਾ ਇੱਥੇ ਲਿਖ ਕੇ ਦੇ ਕੇ ਗਿਆ ਵੀ ਹਾਂ ਸਾਡਾ ਬਾਈਕਾਟ ਚੱਲ ਰਿਹਾ, ਉਹ 1100 ਟੀਚਰ ਨੂੰ ਕੱਲ੍ਹ ਨੂੰ ਨੋਟਿਸ ਕੱਢ ਦਾਂਗੇ। ਅਗਰ ਨੋਟਿਸ ਨਹੀਂ ਕੱਢੇ ਜਾਂਦੇ ਤਾਂ ਪੂਰੇ ਪੰਜਾਬ ਵੱਲੋਂ ਜਿਹੜਾ ਡੀਓ ਦਾ ਘਰਾਓ ਹੋਊਗਾ, ਉਹਦੇ ਵਾਸਤੇ ਪ੍ਰਸ਼ਾਸਨ ਪੂਰੇ ਰੂਪ 'ਚ ਜ਼ਿੰਮੇਵਾਰ ਹੋਊਗਾ। ਮੈਂ ਕੋਈ ਇੰਸਟ੍ਰਕਸ਼ਨ ਨਹੀਂ ਦਿੱਤਾ, ਮੈਂ ਜਦੋਂ ਇਹਨਾਂ ਨੇ ਟੇਬਲ ਟਾਕ ਹੋਈ 5 ਬੰਦਿਆਂ ਨਾਲ ਇਹਨਾਂ ਦੇ ਲੀਡਰਾਂ ਨਾਲ, ਉਹਨਾਂ ਨੂੰ ਕਿਹਾ ਜੀ ਸਾਡੀਆਂ 2 ਮੰਗਾਂ ਮੰਨ ਲਓ। ਮੈਂ ਕਿਹਾ ਦੱਸੋ ਕੀ ਹੈ, ਉਹ ਕਹਿੰਦੇ ਜਿਹੜੇ ਨੋਟਿਸ ਕੱਢੇ ਪਹਿਲਾਂ ਤਾਂ ਕਹਿੰਦੇ ਸੜੇ ਹੋਏ ਸੀ ਵੀ ਸਾਡੇ ਨੋਟਸ ਜਿਹੜੇ ਵਾਪਸ ਲਓ। ਮੈਂ ਕਿਹਾ ਜੀ ਮੈਂ ਨੋਟਸ ਵਾਪਸ ਨਹੀਂ ਲੈਣੇ, ਕਿਸੇ ਵੀ ਕੋਰਸ ਨਹੀਂ ਲੈਣੇ, ਤੁਸੀਂ ਉਹਨਾਂ ਦਾ ਜਵਾਬ ਦਿਓ ਮੈਨੂੰ। 10 ਦਿਨ ਦੇ ਵਿੱਚ ਮੈਂ ਜਵਾਬ ਮੰਗਿਆ ਨੋਟਿਸ ਕੱਢਣ ਦਾ, ਤੁਸੀਂ ਜਵਾਬ ਦਿਓ, ਜੇ ਮੈਂ ਸੈਟਿਸਫਾਈ ਹੋਊਗਾ ਤਾਂ ਮੈਂ ਫਾਈਲ ਕਰੂੰਗਾ, ਨਹੀਂ ਸੈਟਿਸਫਾਈ ਹੋਊਗਾ ਤਾਂ ਨਿਯਮਾਂ ਦੀ ਕਾਰਵਾਈ ਕਰੂੰਗਾ। ਫਿਰ ਉਹ ਮੰਗ ਛੱਡ ਦਿੱਤੀ। ਦੂਜੀ ਮੰਗ ਉਹਨੇ ਕਹੀ ਜੀ ਵੀ ਸਾਨੂੰ ਜਿਹੜਾ 10 ਦਿਨ ਦਾ ਸਮਾਂ ਥੋੜ੍ਹਾ ਵਧਾ ਦਿਓ। ਚਲੋ ਮੈਂ ਕਿਹਾ ਮੈਂ ਇੰਨਾ ਕਰ ਸਕਦਾ, ਨੋਟਿਸ ਜਾਰੀ ਹੋਏ ਹੋ ਆ, ਜਵਾਬ ਤੁਸੀਂ ਜਿਹੜਾ ਹੈਗਾ 15 ਦਿਨ, ਜਦੋਂ 5 ਦਿਨ ਮੈਂ ਤੁਹਾਨੂੰ ਹੋਰ ਦਿੰਦਾ। ਉਹ ਕਹਿੰਦੇ ਜੀ ਐਗਰੀ। ਮੈਂ ਕਿਹਾ ਮੈਂ ਵੀ ਐਗਰੀ ਹਾਂ। ਦੂਸਰਾ ਉਹ ਕਹਿੰਦੇ ਆ ਵੀ ਜਿਹੜੇ ਤੁਹਾਨੂੰ 1100 ਬੰਦੇ ਦਾ ਅਸੀਂ ਲਿਖ ਕੇ ਦਿੱਤਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚੋਂ, ਵੀ ਇਹਨਾਂ ਨੂੰ ਵੀ ਨੋਟਿਸ ਸਰਵ ਕਰੋ। ਮੈਂ ਕਿਹਾ ਜੀ ਮੈਨੂੰ 37 ਬੰਦਿਆਂ ਦੇ ਮੈਂ ਨੋਟਿਸ ਸਰਵ ਕੀਤੇ, ਮੈਨੂੰ ਪਤਾ ਲੱਗਾ ਵੀ ਉਹ ਬੰਦੇ ਕਹਿੰਦੇ ਆ ਵੀ ਸਾਡੇ ਨੋਟਿਸ ਵਾਪਸ ਜਿਹੜੇ ਕਰ ਦਿਓ ਜੀ, ਅਤੇ ਅਸੀਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਪੜ੍ਹੋ ਪੰਜਾਬ ਨੂੰ ਐਗਰੀ ਕਰਾਂਗੇ, ਪੜ੍ਹਾਵਾਂਗੇ, ਇਹਦੇ ਨਾਲ ਅਸੀਂ ਬਾਈਕਾਟ ਨਹੀਂ ਕਰਾਂਗੇ। ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਜਿਹੜੇ ਨੋਟਿਸ 1100 ਦਾ ਸਾਨੂੰ ਲਿਖ ਕੇ ਦੇ ਕੇ ਗਏ ਹੋ, ਮੈਂ ਆਈਡੈਂਟੀਫਾਈ ਕਰੂੰਗਾ ਇਕੱਲੇ ਟੀਚਰਾਂ ਨੂੰ ਜਾ ਕੇ ਵੀ ਕੀ ਤੁਹਾਡੇ ਸਾਈਨ ਹੀ ਆ, ਬੋਗਸ ਸਾਈਨ ਤਾਂ ਨਹੀਂ ਹੈਗੇ। ਜੇ ਉਹ ਕਹਿਣਗੇ ਮੇਰੇ ਸਾਈਨ ਆ ਮੈਂ ਐਗਰੀ ਕਰਦਾ ਬਾਈਕਾਟ ਕਰਨ ਦਾ, ਤਾਂ ਮੈਂ ਉਹਨੂੰ ਨੋਟਿਸ ਸਰਵ ਕਰੂੰਗਾ। ਜੇ ਉਹ ਕਹਿੰਦਾ ਮੈਂ ਐਗਰੀ ਨਹੀਂ ਕਰਦਾ, ਮੈਂ ਬਾਈਕਾਟ ਕਰਦਾ, ਮੇਰੇ ਹੀ ਸਾਈਨ ਆ, ਦੈਨ ਆਈ ਵਿਲ ਸਰਵ ਦਾ ਨੋਟਿਸ ਟੂ ਡੈਟ ਟੀਚਰ, ਚਾਹੇ ਉਹ HT ਆ, ਚਾਹੇ ਉਹ ETT ਆ, ਚਾਹੇ ਉਹ JBT ਆ। ਅਤੇ ਉਹ ਬਾਈਕਾਟ, ਮੇਰੀਆਂ ਟੀਮਾਂ ਵੀ ਹੈਗੀਆਂ 62 ਬੰਦੇ ਨੇ ਮੇਰੇ ਕੋਲ, BMT CMT। ਜੇ ਉਹ ਕਹਿੰਦੇ ਅਸੀਂ ਬਾਈਕਾਟ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਵੀ ਨੋਟਿਸ ਸਰਵ ਕਰਾਂਗੇ। ਕਿਉਂ ਕਰਾਂਗੇ? ਇਹਦਾ ਕਾਰਨ ਇਹ ਹੈ ਵੀ ਇਹ ਪ੍ਰੋਜੈਕਟ ਜਿਹੜਾ ਬਹੁਤ ਵਧੀਆ ਆ ਬੱਚਿਆਂ ਦਾ। ਮੈਂ ਜਾ ਕੇ ਦੇਖਦਾ ਜਦੋਂ ਸਕੂਲਾਂ ਦੇ ਵਿੱਚ ਮੈਂਟਲ ਲੈਵਲ, ਐਜੂਕੇਸ਼ਨ ਲੈਵਲ ਬਹੁਤ ਵਧਿਆ ਇਸ ਪ੍ਰੋਜੈਕਟ ਦੇ ਨਾਲ ਦਾ, ਵੀ ਮੈਂ ਗਵਰਨਮੈਂਟ ਦੀਆਂ ਪੋਲਿਸੀ ਨੂੰ ਇੰਪਲੀਮੈਂਟ ਕਰਾਂ, ਮੈਂ ਕਰ ਰਿਹਾ। ਔਰ ਇੰਪਲੀਮੈਂਟ ਕਰਨ ਦੇ ਨਾਲ ਨਾਲ ਮੈਂ ਬੱਚਿਆਂ ਦੇ ਬਿਹਤਰੀ ਵਾਸਤੇ ਇਹਨਾਂ ਟੀਚਰਾਂ ਨੂੰ ਮੈਂ ਪਿਆਰ ਨਾਲ ਵੀ ਕਿਹਾ ਵੀ ਤੁਸੀਂ ਪੜ੍ਹਾਓ, ਕੋਈ ਐਡੀ ਗੱਲ ਨਹੀਂ ਹੈ। ਤੁਹਾਡੀ ਜਿਹੜੀ ਮੁੱਖ ਮੰਗ ਹੈ ਉਹ ਸਰਕਾਰ ਲੈਵਲ ਦੀ, ਤੁਸੀਂ ਸਰਕਾਰ ਲੈਵਲ 'ਤੇ ਗੱਲ ਚੱਲ ਰਹੀ ਹੈ, 27 ਤਰੀਕ ਨੂੰ CM ਸਾਹਿਬ ਨੇ ਟਾਈਮ ਦਿੱਤਾ ਆ, ਜੇ CM ਸਾਹਿਬ ਐਗਰੀ ਕਰਨਗੇ ਤਾਂ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ। ਅਸੀਂ ਤੱਕ ਥੱਲੇ ਜ਼ਿਲ੍ਹੇ ਦੇ ਵਿੱਚ ਜੋ ਸਾਨੂੰ ਸਰਕਾਰ ਨੇ ਹਦਾਇਤਾਂ ਕਰਨੀਆਂ ਅਸੀਂ ਉਹਦੇ ਮੁਤਾਬਕ ਇੰਪਲੀਮੈਂਟ ਕਰਨਾ ਮੈਂ ਕਰ ਰਿਹਾ। ਸੰਗਰੂਰ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।